ਸੁਣਿਆ ਸੀ ਨਾ ਵਾਹਿਗੁਰੂ ਬਦਲਦਾ ਹੈ ਨਾ ਵਾਹਿਗੁਰੂ ਦੀ ਸ਼ਕਤੀ ਘਟਦੀ ਹੈ। ਦੁਨੀਆਂ ਤਾਂ ਬਦਲ ਜਾਂਦੀ ਹੈ, ਬ੍ਰਹਿਮੰਡ ਬਦਲ ਜਾਂਦੇ ਨੇ, ਬੰਦਾ ਬਦਲ ਜਾਂਦਾ, ਮਨ ਬਦਲ ਜਾਂਦੇ ਨੇ, ਪਰੰਤੂ ਵਾਹਿਗੁਰੂ ਤਾਂ ਨਹੀਂ ਬਦਲਦਾ। ਬੋਲੋ ਵੀ ਪਹਿਲੇ ਲੋਕਾਂ ਵਾਸਤੇ ਵਾਹਿਗੁਰੂ ਕੋਈ ਹੋਰ ਸੀ ਅਤੇ ਹੁਣ ਵਾਹਿਗੁਰੂ ਕੋਈ ਹੋਰ ਹੈ, ਜਾਂ ਅਗਲੇ ਸਮੇਂ ਵਾਸਤੇ ਵਾਹਿਗੁਰੂ ਬਦਲ ਜਾਏਗਾ ਜਾਂ ਸ਼ਕਤੀ ਘੱਟ ਜੂਗੀ ਜਾਂ ਕਲਯੁਗ ਆਉਣ ਕਰਕੇ ਫਰਕ ਪੈ ਗਿਆ? ਨਹੀਂ, ਵਾਹਿਗੁਰੂ 'ਚ ਕੋਈ ਫਰਕ ਨਹੀਂ ਪੈਂਦਾ। ਨਾ ਉਹ ਪੁਰਾਣਾ ਹੁੰਦਾ, ਨਾ ਸਾਸ ਤੋਂ ਖਤਮ ਹੁੰਦਾ, ਨਾ ਉਹ ਨਾਸ ਹੁੰਦਾ, ਨਾ ਉਹਦੀ ਸ਼ਕਤੀ ਘੱਟਦੀ ਹੈ। ਸੋ ਇਸ ਕਰਕੇ ਪੂਰਾ ਪੂਰਾ ਵਿਸ਼ਵਾਸ ਰੱਖੋ, ਪੂਰਾ ਪੂਰਾ ਭਰੋਸਾ ਰੱਖੋ।